ਵੀ ਪੰਜਾਬ ਦੇ ਪੀਸੀਐਸ ਅਧਿਕਾਰੀ ਹੈ ਨਾ ਜਿਹੜੇ, ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਉਹ ਕਹਿੰਦੇ ਵੀ ਸਾਡੇ ਇੱਕ ਸਾਥੀ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਗਲਤ ਕਾਰਵਾਈ ਕੀਤੀ ਗਈ ਹੈ, ਅਸੀਂ ਨੀ ਕੰਮ ਕਰਨਾ ਜੇ ਐਂ ਕਰਨਾ ਤਾਂ। ਉਹ ਕਹਿੰਦੇ ਵੀ ਅਸੀਂ ਐਂ ਨੀ ਰਹਿੰਦੇ ਹੁੰਦੇ ਗੇ, ਕਹਿੰਦੇ ਵੀ ਇਸਦੇ ਪਰ ਕੰਮ ਨੂੰ ਛੱਡਤਾ, ਹੁਣ ਅਸੀਂ ਕੰਮ ਦੇ ਉੱਤੇ ਮੁੜਨਾ ਹੀ ਨੀਗਾ। ਇਸ ਗੱਲ ਦੇ ਉੱਤੇ ਰੌਲਾ ਪੈ ਗਿਆ। ਜਿਵੇਂ ਭਗਵੰਤ ਮਾਨ ਦਾ ਦਬਕਾ ਕੰਮ ਆਇਆ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਪੀਸੀਐਸ ਅਧਿਕਾਰੀ ਆ ਜਿਹੜੇ, ਉਹਨਾਂ ਨੇ ਆਪਦੀ ਹੜਤਾਲ ਵਾਪਸ ਲੈ ਲਈ ਹੈ। ਰਾਣਾ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰਮੌਰ ਜਿਹੜੇ ਸੀਨੀਅਰ ਮੈਂਬਰ ਕਹਿ ਲਓ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੁਣਾਂ ਦਾ ਦਬਕਾ ਆ ਗਿਆ ਕੰਮ, ਕੀ ਅਪਡੇਟ ਹੈ ਜੀ ਇਹਦੇ ਬਾਬਤ? ਦੇਖੋ ਜੀ, ਗੱਲ ਇਹ ਹੈ ਵੀ ਪੰਜਾਬ ਦੇ ਪੀਸੀਐਸ ਅਧਿਕਾਰੀ ਹੈ ਨਾ ਜਿਹੜੇ, ਜੀ ਜੀ, ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਉਹ ਕਹਿੰਦੇ ਵੀ ਸਾਡੇ ਇੱਕ ਸਾਥੀ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਗਲਤ ਕਾਰਵਾਈ ਕੀਤੀ ਗਈ ਹੈ, ਅਸੀਂ ਨੀ ਕੰਮ ਕਰਨਾ ਜੇ ਐਂ ਕਰਨਾ ਤਾਂ। ਉਹ ਕਹਿੰਦੇ ਵੀ ਅਸੀਂ ਐਂ ਨੀ ਰਹਿੰਦੇ ਹੁੰਦੇ ਗੇ, ਕਹਿੰਦੇ ਵੀ ਇਸਦੇ ਪਰ ਕੰਮ ਨੂੰ ਛੱਡਤਾ, ਹੁਣ ਅਸੀਂ ਕੰਮ ਦੇ ਉੱਤੇ ਮੁੜਨਾ ਹੀ ਨੀਗਾ। ਇਸ ਗੱਲ ਦੇ ਉੱਤੇ ਰੌਲਾ ਪੈ ਗਿਆ, ਕਿਉਂਕਿ ਲੋਕ ਜਿਹੜੇ ਕੰਮ ਕਰਾਉਣ ਦੇ ਲਈ ਤੇ ਉਹ ਕੰਮ ਤਾਂ ਹੋਊਗਾ ਜੇਕਰ ਕੁਰਸੀ ਤੇ ਕੋਈ ਬੈਠਾ ਹੋਊਗਾ। ਕੁਰਸੀ ਤੇ ਬਹਿਣ ਵਾਲੇ ਹੜਤਾਲ ਤੇ ਚਲੇ ਗਏ ਤੇ ਪੰਜਾਬ ਦੇ ਵਿੱਚ ਰਜਿਸਟਰ ਜਾ ਰੁਕ ਗਈਆਂ, ਪੰਜਾਬ ਦੇ ਵਿੱਚ ਬਾਕੀ ਕੰਮ ਕਾਜ ਸਾਰੇ ਰੁਕ ਗਏ, ਡੀਸੀ ਦਫ਼ਤਰ ਦੇ ਕੰਮ ਰੁਕ ਗਏ, ਮਾਲ ਵਿਭਾਗ ਦੇ ਕੰਮ ਰੁਕ ਗਏ। ਸੋ ਇਸ ਕਰਕੇ ਆ ਤੇ ਗੱਲ ਇਹ ਹੈ ਜੀ ਅਗਲੀ, ਤੇ ਜਿਸ ਤਰੀਕੇ ਦੇ ਨਾਲ ਹੁਣ ਭਗਵੰਤ ਮਾਨ ਦੀ ਘੁਰਕੀ ਕੰਮ ਆਈ ਆ, ਜਿਵੇਂ ਭਗਵੰਤ ਮਾਨ ਦਾ ਦਬਕਾ ਕੰਮ ਆਇਆ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਪੀਸੀਐਸ ਅਧਿਕਾਰੀ ਆ ਜਿਹੜੇ, ਉਹਨਾਂ ਨੇ ਆਪਦੀ ਹੜਤਾਲ ਵਾਪਸ ਲੈ ਲਈ ਹੈ। ਪਤਾ ਲੱਗਾ ਜੀ ਅੱਜ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਵੇਰ ਦੇ ਵੇਲੇ ਚਿੱਠੀ ਜਾਰੀ ਕਰਤੀ, ਉਹ ਕਹਿੰਦੇ ਵੀ ਗੱਲ ਹੈਗੀ ਦੋ ਤੁੱਕ, ਜੇ ਤਾਂ 2 ਵਜੇ ਤੱਕ ਮੁੜ ਆਏ ਤੇ ਫਿਰ ਤਾਂ ਭਾਈ ਠੀਕ ਆ, ਪਰ ਜੇਕਰ 2 ਵਜੇ ਤੱਕ ਨਾ ਮੁੜੇ ਤੇ ਉਹ ਕਹਿੰਦੇ ਜੀ ਕਿ ਫਿਰ ਗੱਲ ਖਤਮ ਹੋ ਜਾਣੀ ਆ, ਤੁਸੀਂ ਆਪਦਾ ਡੰਡੀ ਪਿਓ ਤੇ ਅਸੀਂ ਬੰਦੇ ਹੋਰ ਰੱਖ ਲੈਣੇ ਆ। ਸੋ ਇਹ ਜੀ ਕਿ ਅੱਜ ਉਹ 2 ਵਜੇ ਤੱਕ ਮੁੜ ਆਏ ਆ। ਉਹਨਾਂ ਨੇ ਇਹ ਗੱਲ ਕਹੀ ਆ ਪੀਸੀਐਸ ਅਧਿਕਾਰੀਆਂ ਨੇ, ਕਹਿੰਦੇ ਵੀ ਸਾਡੀਆਂ ਕੁਝ ਇੱਕ ਮੰਗਾਂ ਸੀ, ਉਹਨਾਂ ਮੰਗਾਂ ਦੇ ਉੱਤੇ ਸਰਕਾਰ ਨੇ ਸਹਿਮਤੀ ਪ੍ਰਗਟਾਤੀ ਹੈ, ਇਸ ਕਰਕੇ ਭਾਈ ਅਸੀਂ ਕੰਮ ਦੇ ਉੱਤੇ ਮੁੜ ਆਏ ਹਾਂ। ਅਗਲੀ ਗੱਲ ਇਹ ਆ ਵੀ ਦੇਖੋ, ਜਿਹੜਾ ਤੁਹਾਨੂੰ ਕੁਦਰਤ ਨੇ ਸੋਹਣਾ ਮੌਕਾ ਦਿੱਤਾ, ਪੀਸੀਐਸ ਅਧਿਕਾਰੀ ਆ ਜਿਹੜੇ, ਦੇਖੋ 1.5-2 ਲੱਖ ਰੁਪਇਆ ਬਾਕੀ ਤਨਖਾਹ ਇਹਨਾਂ ਦੀ, ਡੇਢ ਦੋ ਲੱਖ ਰੁਪਇਆ ਤਨਖਾਹ ਗਸਟਡ ਆਫੀਸਰ ਆ ਤੁਸੀਂ, ਤੁਹਾਡੇ ਕੋਲੇ ਗੰਨਮੈਨ, ਤੁਹਾਡੇ ਕੋਲੇ ਸਰਕਾਰੀ ਗੱਡੀਆਂ, ਤੁਹਾਡੇ ਕੋਲੇ ਇਸ ਵੇਲੇ ਸਰਕਾਰੀ ਬੰਗਲੇ, ਉਸ ਤੋਂ ਇਲਾਵਾ ਜੇਕਰ ਤੁਹਾਡੀ ਟੋਰ ਟੱਪਾ ਵੱਖਰਾ, ਫਿਰ ਦੂਜੇ ਪਾਸੇ ਉਹ ਲੋਕ ਆ ਜਿਹੜੇ ਵਿਚਾਰੇ ਪਤਾ ਨੀ ਕਿੱਥੋਂ ਪੈਸੇ ਪੂਸੇ ਫੜ ਕੇ ਤੁਹਾਡੇ ਕੋਲੇ ਸ਼ਹਿਰਾਂ ਦੇ ਵਿੱਚ ਆਉਂਦੇ ਆ, ਦਫ਼ਤਰਾਂ ਦੇ ਵਿੱਚ ਆਉਂਦੇ ਆ, ਤੇ ਤੀਜੇ ਪਾਸੇ ਉਹ ਲੋਕ ਆ ਜਿਹੜੇ ਕਾਬਲ ਬਹੁਤ ਆ, ਪਰ 10-10 ਹਜ਼ਾਰ ਤੇ ਨੌਕਰੀ ਕਰਦੇ ਆ। ਸੋ ਇਹਨਾਂ ਲੋਕਾਂ ਨੂੰ ਏਦਾਂ ਸੰਘਰਸ਼ ਕਰਨ ਦੀ ਗੱਲ ਨੀ ਤੇ ਕਰਨੀ ਚਾਹੀਦੀ। ਇਹ ਲੋਕ ਆ ਜਿਹੜੇ ਆਮ ਲੋਕ ਵੀ ਪੀਸੀਐਸ ਅਧਿਕਾਰੀਆਂ ਦੇ ਖਿਲਾਫ਼ ਹੋ ਗਏ ਸੀ, ਜੇ ਜਿਹਦਾ ਚਿੱਤ ਕਰਦਾ ਕਹਿ ਦਿੰਦਾ ਭਾਈ ਜੀ ਸੰਘਰਸ਼ ਤੇ ਚੱਲੇ ਆ, ਅਸੀਂ ਸੰਘਰਸ਼ ਤੇ ਚੱਲੇ ਆ ਤੇ ਪੰਜਾਬ ਦੇ ਲੋਕ ਕੀ ਖਾਣ, ਪੰਜਾਬ ਦੇ ਲੋਕ ਕੀ ਕਰਨ। ਸੋ ਇਹ ਜਿਹੜੀ ਅੱਜ ਭਗਵੰਤ ਮਾਨ ਦਾ ਦਬਕਾ ਕੰਮ ਆਇਆ, ਕੁਰਸੀ ਕੰਮ ਆਈ ਹੈ, ਇਹ ਵੀ ਸਭ ਨੇ ਸਿਫਤ ਕੀਤੀ ਹੈ ਵੀ ਵਧੀਆ ਹੋਇਆ, ਪੀਸੀਐਸ ਅਧਿਕਾਰੀ ਆ ਜਿਹੜੇ ਉਹ ਵਾਪਸ ਮੁੜਿਆ ਕੰਮ ਤੇ।